ਸਵਾਗਤ ਹੈ ਦੋਸਤੋ ਤੁਹਾਡਾ ਸਾਡੇ YouTube ਚੈਨਲ ਤੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਡੱਡੂਆਂ ਦਾ ਝੁੰਡ ਜੰਗਲ ਵਿੱਚੋਂ ਗੁਜ਼ਰ ਰਿਹਾ ਸੀ ਲੰਗਦੇ ਲੰਗਦੇ ਉਹਨਾਂ ਦੇ ਵਿੱਚੋਂ ਦੋ ਡੱਡੂ ਇੱਕ ਟੋਏ ਵਿੱਚ ਜਾ ਡਿੱਗੇ ਟੋਏ ਵਿੱਚ ਡਿੱਗੇ ਡੱਡੂਆਂ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨੀ ਸਟਾਰਟ ਕੀਤੀ ਪਰ ਉਹ ਨਿਕਲ ਨਹੀਂ ਸੀ پا ਰਹੇ ਕਾਫੀ ਦੇਰ ਲੱਗੇ ਰਹੇ ਟੋਆ ਕਾਫੀ ਡੂੰਘਾ ਸੀ ਉਹਨਾਂ ਤੋਂ ਨਿਕਲਿਆ ਨਾ ਗਿਆ ਉਨ੍ਹਾਂ ਦੇ ਸਾਥੀਆਂ ਨੇ ਉਹਨਾਂ ਨੂੰ ਕਹਿਣਾ ਸ਼ੁਰੂ ਕੀਤਾ ਕਿ ਤੁਸੀਂ ਇਸ ਤੋਂ ਨਿਕਲ ਨਹੀਂ ਸਕਦੇ ਉਹਨਾਂ ਵਿੱਚੋਂ ਇੱਕ ਡੱਡੂ ਹਾਰ ਮੰਨ ਕੇ ਬੈਠ ਗਿਆ ਉਹਨੇ ਆਪਣੇ ਸਾਥੀਆਂ ਦੀ ਗੱਲ ਮੰਨ ਲਈ ਪਰੰਤੂ ਇੱਕ ਡੱਡੂ ਕੋਸ਼ਿਸ਼ ਕਰਦਾ ਗਿਆ ਉਹਦੇ ਸਾਥੀ ਚੀਕਾਂ ਮਾਰਦੇ ਗਏ ਕਿ ਤੇਰੇ ਤੋਂ ਬਾਹਰ ਨਹੀਂ ਨਿਕਲਿਆ ਜਾਣਾ ਪਰੰਤੂ ਉਹ ਕੋਸ਼ਿਸ਼ ਕਰਕੇ ਬਾਹਰ ਆ ਗਿਆ ਜਦੋਂ ਬਾਹਰ ਆਇਆ ਤਾਂ ਸਾਰੇ ਬੜੇ ਹੈਰਾਨ ਹੋਏ ਕਿ ਇਹ ਕਿਸ ਤਰ੍ਹਾਂ ਬਾਹਰ ਆ ਗਿਆ ਉਸ ਡੱਡੂ ਨੂੰ ਪੁੱਛਿਆ ਗਿਆ ਤਾਂ ਪਤਾ ਲੱਗਿਆ ਕਿ ਉਹ ਡੱਡੂ ਤਾਂ ਬਹਿਰ ਹੈ ਉਹਨੂੰ ਤਾਂ ਉਹਨਾਂ ਦੀ ਗੱਲ ਸੁਣ ਹੀ ਨਹੀਂ ਰਹੀ ਸੀ ਉਸਦੇ ਹੀ ਇੱਕ ਸਾਥੀ ਨੇ ਉਸ ਨੂੰ ਇਸ਼ਾਰਿਆਂ ਦੇ ਵਿੱਚ ਪੁੱਛਿਆ ਕਿ ਤੂੰ ਕਿਸ ਤਰ੍ਹਾਂ ਬਾਹਰ ਆ ਗਿਆ ਤਾਂ ਡੱਡੂ ਨੇ ਦੱਸਿਆ ਕਿ ਮੈਂ ਤਾਂ ਤੁਹਾਡੇ ਇਸ਼ਾਰਿਆਂ ਕਰਕੇ ਬਾਹਰ ਆ ਗਿਆ ਜਿਸ ਤਰ੍ਹਾਂ ਤੁਸੀਂ ਇਸ਼ਾਰੇ ਕਰਕੇ ਦੱਸ ਰਹੇ ਸੀ ਕਿ ਤੂੰ ਇਹ ਕੰਮ ਕਰ ਸਕਦਾ ਹੈ ਹਿੰਮਤ ਰੱਖ ਤੇ ਤੂੰ ਬਾਹਰ ਆ ਜਾਵੇਂਗਾ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜਦੋਂ ਵੀ ਤੁਹਾਡੇ ਗੋਲ ਦੇ ਖਲਾਫ ਬੋਲਣ ਵਾਲੇ ਲੋਕ ਨੇ ਤਾਂ ਸਾਨੂੰ ਡੱਡੂ ਵਾਂਗੂ ਬਹਿਰੇ ਹੋ ਜਾਣਾ ਚਾਹੀਦਾ ਸਾਨੂੰ ਉਹਨਾਂ ਦੀਆਂ ਕੋਈ ਗੱਲਾਂ ਨਹੀਂ ਸੁਣਨੀਆਂ ਚਾਹੀਦੀਆਂ ਜਿਹੜੇ ਲੋਕ ਸਾਨੂੰ ਇਹ ਦੱਸ ਰਹੇ ਨੇ ਕਿ ਤੂੰ ਆਪਣੀ ਗੋਲ ਤੱਕ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਪਾਵੇਂਗਾ ਤੁਸੀਂ ਬਸ ਕੋਸ਼ਿਸ਼ ਕਰਦੇ ਜਾਓ ਤੇ ਇੱਕ ਦਿਨ ਆਪਣੀ ਮੰਜ਼ਿਲ ਨੂੰ ਜ਼ਰੂਰ ਸਾਰ ਕਰੋਗੇ ਉਮੀਦ ਹੈ ਗੱਲ ਸਮਝ ਆਈ ਹੋਊਗੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਥੈਂਕ ਯੂ